ਮੁੰਡੇ ਦੇ ਵਿਆਹ ਦੀ ਖੁਸ਼ੀ ਵਿੱਚ ਨੱਚ ਰਹੇ ਪਿਓ ਵਿੱਚ ਆ ਗਈ ਮਾਤਾ, ਡਰ ਕੇ ਭੱਜ ਲਿਆ ਵਿਚੋਲਾ। ਦੋਸਤੋ, ਅਕਸਰ ਹੀ ਕਿਹਾ ਜਾਂਦਾ ਹੈ ਕਿ ਬੱਚਿਆਂ ਦੇ ਵਿਆਹ ਦੀ ਖੁਸ਼ੀ ਸਭ ਤੋਂ ਜ਼ਿਆਦਾ ਮਾਂ ਪਿਓ ਨੂੰ ਹੁੰਦੀ ਹੈ, ਪਰ ਹੁਣ ਇੱਕ ਵਿਆਹ ਵਾਲੇ ਮੁੰਡੇ ਦੇ ਪਿਓ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ। ਦਰਅਸਲ ਇੱਕ ਮੁੰਡੇ ਦਾ ਵਿਆਹ ਬਹੁਤ ਹੀ ਔਖਾ ਸਿਰੇ ਚੜਿਆ ਸੀ, ਕਿਉਂਕਿ ਉਸ ਨੂੰ ਪਹਿਲਾਂ ਕਈ ਥਾਂ ਤੋਂ ਜਵਾਬ ਮਿਲ ਚੁੱਕਿਆ ਸੀ, ਜਿਸ ਦੀ ਕਿ ਉਸਦੇ ਪਿਤਾ ਨੂੰ ਇੰਨੀ ਖੁਸ਼ੀ ਸੀ ਕਿ ਜਦੋਂ ਬਰਾਤ ਤੁਰਨ ਲੱਗੇ, ਬੈਂਡ ਬਾਜੇ ਵੱਜਣ ਲੱਗੇ, ਤਾਂ ਮੁੰਡੇ ਦਾ ਪਿਤਾ ਇੱਕੋ ਦਮ ਇਕੱਲਾ ਹੀ ਨੱਚਣ ਲੱਗ ਗਿਆ, ਅਤੇ ਉਸ ਦਾ ਨੱਚਣ ਦਾ ਤਰੀਕਾ ਵੀ ਇਹੋ ਜਿਹਾ ਸੀ ਕਿ ਸਾਰੇ ਹੀ ਰਿਸ਼ਤੇਦਾਰ ਕਹਿਣ ਲੱਗੇ ਕਿ ਭੱਜ ਕੇ ਫੜ ਲਓ, ਲੱਗਦਾ ਇਹਦੇ ਵਿੱਚ ਮਾਤਾ ਆ ਗਈ। ਜਿਸ ਨੂੰ ਦੇਖ ਕੇ ਵਿਚੋਲਾ ਵੀ ਡਰ ਕੇ ਪਾਸੇ ਹੋ ਗਿਆ। ਫਿਰ ਜਦੋਂ ਮੁੰਡੇ ਨੇ ਪਿਓ ਨੂੰ ਕਿਹਾ ਕਿ ਕੀ ਹੋ ਗਿਆ, ਤਾਂ ਪਿਓ ਕਹਿੰਦਾ, ਮੈਨੂੰ ਕੀ ਹੋਣਾ ਏ, ਮੈਂ ਤਾਂ ਨੱਚ ਰਿਹਾ ਏ। ਇਹ ਗੱਲ ਸੁਣ ਕੇ ਸਾਰੇ ਹੀ ਬਰਾਤੀ ਹੱਸਣ ਲੱਗ ਗਏ, ਅਤੇ ਮੁੰਡਾ ਕਹਿੰਦਾ ਕਿ ਤੂੰ ਤਾਂ ਸਾਡੇ ਹੌਲ ਹੀ ਪਾ ਦਿੱਤਾ ਸੀ। ਸੋ ਤੁਹਾਡੇ ਇਸ ਪਿਤਾ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।